ਜਲਾਲਾਬਾਦ ਦੇ ਪਿੰਡ ਚੱਕ ਸੋਤਰੀਆ ਦੀ ਇਹ ਵੀਡੀਓ ਦੇਖੋ ਜਿਸ 'ਚ ਬੱਚੇ ਆਪਣਾ ਭਵਿੱਖ ਬਣਾਉਣ ਲਈ ਤੇਜ਼ ਪਾਣੀ ਦੇ ਵਹਾਅ ਦੇ ਉੱਤੇ ਰੱਖੀਆਂ ਕੱਚੀਆਂ ਜੀਆਂ ਲੱਕੜੀਆਂ 'ਤੇ ਚੱਲ ਕੇ ਸਕੂਲ ਜਾਂਦੇ ਨੇ। ਇਹ ਵੀਡੀਓ ਦੇਖ ਕੇ ਤਾਂ ਉੱਤੇ ਦਾ ਸਾਹ ਉੱਤੇ ਅਤੇ ਥੱਲੇ ਦਾ ਥੱਲੇ ਰਹਿ ਜਾਂਦਾ ਹੈ। ਜਿੱਥੇ ਤੁਸੀਂ ਤਸਵੀਰਾਂ 'ਚ ਦੇਖੋ ਅਖੀਰ 'ਤੇ ਲਾਈਨ 'ਚ ਜਾ ਰਹੀ ਇਸ ਲੜਕੀ ਨੂੰ ਜੋ ਦੇਖਦੇ ਦੇਖਦੇ ਲੱਕੜੀਆਂ 'ਤੇ ਪੈਰ ਧਰ ਰਹੀ ਹੈ ਅਤੇ ਥੋੜ੍ਹਾ ਜਿਹਾ ਬੈਲੈਂਸ ਵਿਗੜਿਆ ਤਾਂ ਕੁੜੀ ਤੇਜ਼ ਪਾਣੀ ਦੇ ਵਹਾਅ 'ਚ ਨਹਿਰ 'ਚ ਹੇਠਾਂ ਡਿੱਗ ਗਈ। ਜਿੱਥੇ ਹੁਣ ਇਸ ਲੜਕੀ ਨੂੰ ਵਕਤ ਰਹਿੰਦੇ ਆਸ ਪਾਸ ਦੇ ਲੋਕਾਂ ਨੇ ਕੱਢ ਤਾਂ ਲਿਆ ਪਰ ਹੁਣ ਡਰ ਬੈਠਿਆ ਹੋਇਆ ਸਭ ਦੇ ਦਿਲਾਂ 'ਚ। ਜਿੱਥੇ ਛੋਟੇ ਛੋਟੇ ਜਿਹੇ ਬੱਚੇ ਇਸੇ ਰਾਸਤੇ ਤੋਂ ਹੁੰਦੇ ਹੋਏ ਆਪਣੇ ਸਕੂਲਾਂ ਨੂੰ ਜਾਂਦੇ ਨੇ ਹਰ ਰੋਜ਼, ਅਤੇ ਅਜਿਹੇ ਹਾਦਸੇ ਕਿਸੇ ਦੇ ਨਾਲ ਵੀ ਹੋ ਸਕਦੇ ਨੇ ਅਤੇ ਇੱਥੇ ਸਾਰੇ ਖੁਸ਼ਕਿਸਮਤ ਵੀ ਨਹੀਂ ਹੁੰਦੇ। ਜਿੱਥੇ ਇਸ ਨਹਿਰ ਕੋਲੋਂ ਪੱਕਾ ਪੁਲ ਬਣਾਉਣ ਦੀ ਮੰਗ ਬੱਚੇ ਅਤੇ ਪਿੰਡ ਵਾਸੀ ਲੰਮੇ ਸਮੇਂ ਤੋਂ ਕਰ ਰਹੇ ਨੇ ਪਰ ਸਰਕਾਰਾਂ ਦੇ ਕੰਨਾਂ 'ਚ ਜੂ ਨਹੀਂ ਸਰਕਦੀ। ਜੇ ਅਸੀਂ ਇੱਧਰੋਂ ਆਏ ਰਹੇ ਸੀ, ਸਾਡੀ ਭੈਣ ਇੱਧਰੋਂ ਜਾ ਰਹੀ ਸੀ ਅਤੇ ਸਾਡੀ ਭੈਣ ਵਿੱਚ ਡਿੱਗ ਗਈ ਹੈ ਅਤੇ ਅਸੀਂ ਬਹੁਤ ਔਖੇ ਹੁੰਦੇ ਹਾਂ ਜਾਣ ਲਈ, ਪਰ ਇਹ ਸਾਡਾ ਪੌਲ ਬਣਨਾ ਚਾਹੀਦਾ, ਸਾਨੂੰ ਬਹੁਤ ਮਜਬੂਰੀ ਹੈ। ਹੋਰ ਕੀ ਦਿੱਕਤ ਆ ਰਹੀ ਤੁਹਾਨੂੰ ਸਰ? ਸਕੂਲ ਵੱਲੋਂ ਸਰ, ਅਸੀਂ ਵਾਧੂ ਬੱਚੇ ਇੱਥੋਂ, ਡਰ ਵੀ ਲੱਗਦਾ ਜਾਣਦਿਆਂ ਸਰ, ਆਉਂਦਿਆਂ ਸਰ ਵੀ ਡਰ ਲੱਗਦਾ। ਸਾਡੇ ਮੰਮੀ ਡੈਡੀ ਸਾਨੂੰ ਛੱਡਣ ਆਉਂਦੇ ਆ ਅਤੇ ਮੰਮੀ ਡੈਡੀ ਲੈਣ ਆਉਂਦੇ ਆ ਸਾਡੇ। ਮੇਰਾ ਇਹ ਕਹਿਣਾ ਹੈ ਕਿ ਜਦੋਂ ਮੈਂ ਸਕੂਲ ਜਾਣਾ ਹੁੰਦਾ ਤਾਂ ਮੈਨੂੰ ਬਹੁਤ ਡਰ ਲੱਗਦਾ ਅਤੇ ਨਾਲੇ ਮੇਰਾ ਐਂ ਲੱਗਦਾ ਕਿ ਜਿਵੇਂ ਮਤਲਬ ਕਿ ਮੇਰੀ ਜਾਨ ਨਾ ਚਲੀ ਜਾਵੇ, ਘਰੇ ਵਾਪਸ ਆਉਣਾ ਹੈ ਕਿ ਨਹੀਂ, ਅਤੇ ਮੈਂ ਘਰ ਜਾਣ 'ਤੇ ਬਹੁਤ ਡਰਦੀ ਹਾਂ ਵਾਪਸ, ਅਤੇ ਪਾਪਾ ਕਦੇ ਸੁਬਾਹ ਛੱਡਣ ਆਉਂਦੇ ਨੇ ਕਿ ਲੈਣ ਆਉਂਦੇ ਨੇ, ਅਤੇ ਕਈ ਵਾਰੀ ਪਾਪਾ ਨਹੀਂ ਆਉਂਦੇ ਤਾਂ ਫਿਰ ਮੈਨੂੰ ਲੇਟ ਹੋ ਜਾਂਦਾ ਅਤੇ ਫਿਰ 2 ਘੰਟੇ ਤੱਕ ਇੱਥੇ ਖੜ੍ਹਨਾ ਵੀ ਪੈਂਦਾ। ਪਰੇਸ਼ਾਨੀਆਂ ਤਾਂ ਵਾਧੂ ਆ ਰਹੀਆਂ ਜੀ, ਪਰੇਸ਼ਾਨੀਆਂ ਨਾ ਬੱਚੇ ਇੱਧਰ ਜਾ ਸਕਦੇ ਨੇ ਨਾ ਉੱਧਰ ਜਾ ਸਕਦੇ ਨੇ। ਸੀਜ਼ਨ ਦਾ ਟਾਈਮ ਹੈ, ਖਾਦ ਕਿਸੇ ਨੇ ਲੈ ਕੇ ਜਾਣੀ, ਕਿਸੇ ਨੇ ਰਾਤ ਨੂੰ ਪਾਣੀ ਲਾਉਣ ਜਾਣਾ, ਕਿਸੇ ਨੇ ਕਿਸੇ ਕੋਈ ਡਾਕਟਰ ਦਵਾਈ ਲੈਣ ਇੱਧਰ ਉੱਧਰ ਜਾਂਦਾ ਹੈ ਅਤੇ ਉਹ ਨਹੀਂ ਜਾ ਸਕਦਾ। ਹੁਣ ਇਹ ਤਾਂ ਖੈਰ ਰਹੀ ਕਿ ਨਹਿਰ 'ਚ ਡਿੱਗਦੀ ਇਸ ਬੱਚੀ ਦੀ ਜਾਨ ਬਚਾ ਲਈ ਗਈ, ਹਾਦਸਾ ਟਲ ਗਿਆ। ਅਤੇ ਜਦੋਂ ਇਸ ਮਾਮਲੇ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਧਿਆਨ 'ਚ ਇਹ ਮਾਮਲਾ ਹੈ ਅਤੇ ਉਸਦਾ ਛੇਤੀ ਹੀ ਹੱਲ ਕਰ ਰਹੇ ਨੇ। ਹੁਣ ਇੱਥੇ ਅਧਿਕਾਰੀਆਂ ਦਾ ਉਹ ਹੱਲ ਹੈ ਜੋ ਹਾਲੇ ਤੱਕ ਕਿਸੇ ਨੂੰ ਹੁੰਦਾ ਨਹੀਂ ਦਿਖਾਈ ਦਿੱਤਾ। ਜਲਾਲਾਬਾਦ ਤੋਂ ਰਵਿੰਦਰ ਤਨੇਜਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 9253 9563।